ਠੀਕ ਹੈ ਇਹਨਾਂ ਦੀ ਜਿਹੜੀ ਐਪਰੀਹੈਂਸ਼ਨ ਹੈ ਦੈਟ ਇਜ਼ ਵੈਰੀ ਜੈਨੂਅਨ ਪੀਰਾਂ ਜੀ ਦੀ ਬਿਕੋਜ਼ ਉੱਥੇ ਇਸ ਵੇਲੇ ਇੱਕ ਗੁੰਡਾਗਰਦੀ ਦਾ ਮਾਹੌਲ ਤਾਂ ਉਹਨਾਂ ਨੇ ਪੈਦਾ ਕੀਤਾ ਹੀ ਹੋਇਆ ਪੁਲਿਸ ਆਪਣੇ ਕੰਟਰੋਲ 'ਚ ਕੀਤੀ ਹੋਈ ਹੈ ਲੇਕਿਨ ਨਾਲ ਨਾਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਪੋਜ਼ਿਟਿਵ ਸਾਈਡ ਇਹ ਹੈਗੀ ਆ ਕਿ ਜੇ ਇੱਕ ਤਾਂ ਪੁਲਿਸ ਮੈਕੇਨਿਜ਼ਮ ਦੇ ਸਿਰ ਤੇ ਸਰਕਾਰਾਂ ਦੇ ਸਿਰ ਦੇ ਉੱਤੇ ਸਰਕਾਰਾਂ ਟਿਕਦੀਆਂ ਹੁੰਦੀਆਂ ਤਾਂ ਫਿਰ ਹਿੰਦੁਸਤਾਨ ਦੇ ਸਿਸਟਮ ਦੇ ਵਿੱਚ ਕੋਈ ਸਰਕਾਰ ਬਦਲਦੀ ਨਾ ਹੁਣੇ ਤਾਜ਼ੀ ਮੋਦੀ ਦੀ ਨੱਕ ਦੇ ਥੱਲੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ 67 ਸੀਟਾਂ ਜਿੱਤੀਆਂ ਨੇ ਅਗਰ ਉੱਥੇ ਵੀ ਉਹ ਸਭ ਕੁਝ ਅਲਿਓਰਮੈਂਟ ਪੈਸਾ ਧੇਲਾ ਲੇਕਿਨ ਇਹ ਜ਼ਰੂਰ ਹੈ ਕਿ ਅਕਾਲੀ ਥੋੜ੍ਹੇ ਜ਼ਿਆਦਾ ਪ੍ਰੋਫੈਸ਼ਨਲ ਨੇ ਸੁਖੀ ਜੀ ਇਸ ਕੰਮ ਵਿੱਚ ਉਹ ਜ਼ਿਆਦਾ ਪ੍ਰੋਫੈਸ਼ਨਲ ਨੇ ਲੇਕਿਨ ਨਾਲ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀਆਂ ਅਸੈਂਬਲੀ ਇਲੈਕਸ਼ਨ ਜਾਂ ਪਾਰਲੀਮੈਂਟ ਇਲੈਕਸ਼ਨ ਆਉਂਦੀਆਂ ਨੇ ਜਿੱਦਾਂ ਪਾਰਲੀਮੈਂਟ ਆਪਾਂ ਆਪਣੇ ਕੋਲ ਕੋਈ ਮੈਕੇਨਿਜ਼ਮ ਨਹੀਂ ਸੀਗਾ ਕੋਈ ਏਜੰਟ ਨਹੀਂ ਸੀਗੇ ਕੋਈ ਪੋਲਿੰਗ ਏਜੰਟ ਨਹੀਂ ਸੀਗੇ ਲੇਕਿਨ ਫਿਰ ਵੀ 4 ਪਾਰਲੀਮੈਂਟ ਦੀਆਂ ਸੀਟਾਂ ਦਿੱਤੀਆਂ ਤੇ 25% ਵੋਟ ਪਈ ਸੀ ਆਮ ਆਦਮੀ ਪਾਰਟੀ ਨੂੰ 2014 ਦੇ ਵਿੱਚ ਹੁਣ ਇਹ ਜਦੋਂ ਅਸੈਂਬਲੀ ਪਾਰਲੀਮੈਂਟ ਹੁੰਦੀ ਆ ਉਦੋਂ ਸੈਂਟਰਲ ਫੋਰਸਿਸ ਦੀ ਕਮਾਂਡ ਦੇ ਥੱਲੇ ਹੁੰਦੀ ਆ ਇਲੈਕਸ਼ਨ ਕਮਿਸ਼ਨ ਕਾਫੀ ਸਟ੍ਰਿਕਟ ਹੋ ਜਾਂਦਾ ਵਾ ਔਰ ਇਲੈਕਸ਼ਨ ਜਿਹੜੀ ਆ ਨਾਰਮਲੀ ਫੇਅਰ ਹੁੰਦੀ ਆ ਜਿਮਨੀ ਚੋਣਾਂ ਜ਼ਰੂਰ ਅਨਫੇਅਰ ਹੁੰਦੀਆਂ ਨੇ ਪੰਚਾਇਤਾਂ ਜ਼ਰੂਰ ਅਨਫੇਅਰ ਹੁੰਦੀਆਂ ਨੇ ਮਿਊਂਸੀਪਲ ਕਮੇਟੀਆਂ ਦੀਆਂ ਚੋਣਾਂ ਜ਼ਰੂਰ ਲੁੱਟੀਆਂ ਖਸੁੱਟੀਆਂ ਜਾਂਦੀਆਂ ਨੇ ਲੇਕਿਨ ਬਾਈ ਐਂਡ ਲਾਰਜ ਅਸੈਂਬਲੀ ਐਂਡ ਪਾਰਲੀਮੈਂਟ ਇਲੈਕਸ਼ਨ ਬਾਈ ਐਂਡ ਲਾਰਜ ਦੇ ਆਰ ਫੇਅਰ ਐਂਡ ਨਾਲ ਇਹ ਮੈਂ ਪੈਜੀ ਕੌਂਟ ਕਹਿਣਾ ਚਾਹੁੰਦਾ ਕਿ ਸਾਡੇ ਕੋਲ ਹੁਣ ਜਿਹੜਾ ਇੰਨਾ ਹਜੂਮ ਹੈ ਜਿਹੜਾ ਲੋਕ ਜਿੱਦਾਂ ਉੱਠੇ ਹੋਏ ਨੇ ਜੇ ਬਾਕੀ ਦੇ ਮੇਲੇ ਵਿੱਚ ਸਾਡੇ ਇਕੱਠ ਵਿੱਚ ਜਦੋਂ ਸਾਡੇ ਕੋਲ ਕੁਛ ਵੀ ਨਹੀਂ ਸੀਗਾ ਤੇ ਦੋਨਾਂ ਪਾਰਟੀਆਂ ਨਾਲੋਂ ਅਸੀਂ ਦੁੱਗਣਾ ਤਿੱਗਣਾ ਇਕੱਠ ਕਰਤਾ ਇਹਦਾ ਮਤਲਬ ਸਾਡੇ ਨਾਲ ਲੋਕ ਸੀਗੇ ਤਾਂ ਹੀ ਉਹ ਸਾਡੀ ਉੱਤੇ ਗੱਲ ਸੁਣਨ ਆਏ ਸੀਗੇ ਇਸ ਲਈ ਅੱਜ ਜਿਹੜਾ ਹੈ ਲੋਕਾਂ ਦੀ ਸਪੋਰਟ ਜਿੱਥੇ ਹੋਵੇ ਉਹ ਤਾਂ ਫਿਰ ਵੱਡੇ ਵੱਡੇ ਡਿਕਟੇਟਰ ਢਹਿ ਜਾਂਦੇ ਨੇ ਇਹ ਤਾਂ ਫਿਰ ਬੇਈਮਾਨ ਦੇ ਆਗੂ ਨੇ ਔਰ ਕਮਜ਼ੋਰ ਨੇ ਕਾਇਰ ਨੇ ਆਪਾਂ ਅਵਸ਼ ਅਸੈਂਬਲੀ ਵਿੱਚ ਇਹਨਾਂ ਨੂੰ ਡਿਫੀਟ ਕਰਾਂਗੇ ਔਰ ਸਾਡਾ ਕੇਡਰ ਦਾ ਮਨੋਬਲ ਬਹੁਤ ਸਟਰੋਂਗ ਹੈ ਮੇਰਾ ਸਵਾਲ ਤੁਸੀਂ ਕਿਸ ਹੱਦ ਤੱਕ
जवाब दे देता है इन्होंने क्वेश्चन के विचार ठीक है जी मेरी मेन यही अप्रिहेंशन सी कि भाई साडे पंजाब दे विचार मैं पटियाले दे विचार दस सकदा भी एक छोटी जी गल एक रिक्शे वाले दे नाल झगड़ा होण ना घटो घट कोई 2000 तो ज्यादा बिहारी मेरे घर नूं मारना ठीक है जी ਅਸੀਂ ਕੀ ਇਹ ਨਾਲ ਵਾਲੀ ਸਟੇਟਾਂ ਦੇ ਵਿੱਚੋਂ ਜੋ ਦੁਨੀਆ ਤੁਰ ਤੁਰ ਕੇ ਸਾਡੇ ਅੰਦਰ ਆ ਰਹੀ ਹੈ ਅਸੀਂ ਇਹਨਾਂ ਦੀ ਕੋਈ ਰੋਕਥਾਮ ਕਰ ਸਕਦੇ ਹਾਂ ਇਹਦੇ ਨਾਲ ਉਹਨਾਂ ਦੀ ਦਿਸ ਇਜ਼ ਅ ਮੋਸਟ ਵਨ ਇੰਸੀਡੈਂਟ ਜਿਹੜਾ ਇਦਾਂ ਕੋਈ ਹਮਲਾ ਕਰ ਰਿਹਾ ਹੈ ਉਹਦਾ ਵੀ ਜਵਾਬ ਇਹੀ ਹੈ ਕਿ ਪੁਲਿਸ ਸ਼ੁੱਡ ਵਰਕ ਫੇਅਰਲੀ ਅਗਰ ਉਹਨਾਂ ਨੇ ਗਲਤ ਬੰਦਿਆਂ ਨੇ ਆਣ ਕੇ ਹਮਲਾ ਕੀਤਾ ਕੰਮ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਅੱਜ ਅਮਰੀਕਾ ਦੇ ਵਿੱਚ ਮੇਰਾ ਖਿਆਲ ਕੋਈ ਦੁਨੀਆ ਦਾ ਧਰਮ ਨਹੀਂਗਾ ਕੋਈ ਦੁਨੀਆ ਦਾ ਕੋਨਾ ਨਹੀਂਗਾ ਜਿੱਥੋਂ ਅਮਰੀਕਾ ਦੇ ਵਿੱਚ ਲੋਕ ਬੈਠੇ ਨੇ ਸਾਰੀ ਦੁਨੀਆ ਦੇ ਲੋਕ ਇੱਥੇ ਬੈਠੇ ਨੇ ਬਟ ਐਵਰੀਬਡੀ ਇਜ਼ ਸੇਫ ਸੋ ਵਾਈ ਸ਼ੁੱਡ ਵੀ ਫੀਲ ਅਨਸੇਫ ਈਵਨ ਇਫ ਸਮ ਪੀਪਲ ਕਮ ਫਰਮ ਆਊਟਸਾਈਡ ਆਫ ਦ ਸਟੇਟ ਐਂਡ ਵੀ ਸਿਟਿੰਗ ਇਨ ਆਵਰ ਓਨ ਸਟੇਟ ਸ਼ੁੱਡ ਫੀਲ ਅਨਸੇਫ ਮੇਰਾ ਖਿਆਲ ਹੈ ਕਿ ਇਹ ਪੁਲਿਸ ਦੀ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਕੈਪੇਬਿਲਿਟੀ ਦਾ ਸਵਾਲ ਹੈ ਉਸ ਨੂੰ ਠੀਕ ਕੀਤਾ ਜਾਵੇ ਤਾਂ ਆਪੇ ਸਭ ਕੁਝ ਜਰਾ ਹੈ ਠੀਕ ਕੀਤਾ ਜਾ ਸਕਦਾ ਹਾਂਜੀ ਪੰਜਾਬ ਦੇ ਕਿਸਾਨਾਂ ਲਈ ਤੁਸੀਂ ਇਸ ਵਾਰ ਥੋੜ੍ਹਾ ਸਮਾਂ ਦਿੱਤਾ ਆਪਣੀ ਸਪੀਚ ਦੇ ਵਿੱਚ ਕਿ ਪ੍ਰਾਈਸਿਸ ਤਾਂ ਸੈਂਟਰ ਫਿਕਸ ਕਰਦਾ ਠੀਕ ਹੈ ਜੀ ਅਤੇ ਸੈਂਟਰ ਦੀ ਵੀ ਤੁਹਾਡੀ ਹੁਣ ਚੱਲਣੀ ਨਹੀਂ ਪਹਿਲਾਂ ਹਾਲੇ ਜਿੰਨਾ ਦੇਰ ਨਵੀਂ ਸਰਕਾਰ ਨਹੀਂ ਬਣਦੀ ਠੀਕ ਹੈ ਜੀ ਇਸ ਵੇਲੇ ਤੁਸੀਂ ਸੈਂਟਰ ਦੇ ਨਾਲ ਪ੍ਰਾਈਸ ਕੰਟਰੋਲ ਲਈ ਫਾਈਟ ਕਰਨ ਲਈ ਕੀ ਪਾਲਿਸੀ ਬਣਾਓਗੇ ਠੀਕ ਹੈ ਜੀ ਦੂਜੇ ਇਸ ਵੇਲੇ ਬਾਦਲ ਸਾਹਿਬ ਦੇ ਕੋਲ ਐਸ ਵਾਈ ਐਲ ਦਾ ਬ੍ਰਹਮ ਅਸਤਰ ਆਇਆ ਹੋਇਆ ਬਾਦਲਾਂ ਬਣਦੀ ਹੁਣ ਲੇਕਿਨ ਕੁਛ ਨੀ ਕੀਤਾ ਪਿਛਲੀਆਂ ਸਰਕਾਰਾਂ ਦੀ ਥੱਲੜੇ ਸਟੇਟ ਤੇ ਸੈਂਟਰ ਦੀਆਂ ਗਵਰਨਮੈਂਟ ਕਈ ਵਾਰੀ ਸੇਮ ਸੀਗੀਆਂ ਲੇਕਿਨ ਇਹ ਕੰਮ ਉੱਥੇ ਜਿਉਂਦਾ ਕਿਉਂ ਕੀਤਾ ਇਹਦੇ ਚ ਮੈਂ ਸਮਝਦਾ ਜੀ ਕਿ ਜਿਹੜੀ ਤਾਂ MSP ਫਿਕਸ ਹੁੰਦੀ ਹੈ ਦੈਟ ਸਟੈਂਡ ਵਿਦ ਦ ਗਵਰਨਮੈਂਟ ਆਫ ਇੰਡੀਆ ਮਿਨੀਮਮ ਸਪੋਰਟ ਪ੍ਰਾਈਸ ਫਿਕਸੇਸ਼ਨ ਜਿਹੜਾ ਵਾ ਉਹਦੇ ਚ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਬਹੁਤ ਦੇਰ ਦੀ ਪੈਂਡਿੰਗ ਹੈ ਗਵਰਨਮੈਂਟ ਨੂੰ ਇੰਪਲੀਮੈਂਟ ਨਹੀਂ ਕਰਦੀ ਅਗਰ ਉਹ ਇੰਪਲੀਮੈਂਟ ਹੋ ਜਵੇ ਤਾਂ ਜਿੰਨੀ ਇਨਪੁਟ ਕਾਸਟ ਐਗਰੀਕਲਚਰ ਦੀ ਚਾਹੇ ਉਹ ਫਰਟੀਲਾਈਜ਼ਰ ਲੇਬਰ ਮਸ਼ੀਨਰੀ ਐਟਸੈਟਰਾ ਐਟਸੈਟਰਾ ਉਹਦੇ ਤੋਂ ਓਵਰ ਐਂਡ ਅਬਾਵ 50% ਪ੍ਰੋਫਿਟੇਬਲ ਰਿਕਮੈਂਡੇਸ਼ਨ ਹੈਗੀ ਆ ਕਿ MSP ਫਿਕਸ ਕੀਤੀ ਜਾਵੇ ਪਰ ਕਰ ਦੇਣੀ ਲੇਕਿਨ ਉਹਦੇ ਤੋਂ ਇਲਾਵਾ ਪੰਜਾਬ ਸਟੇਟ ਕੀ ਕਰ ਸਕਦੀ ਹੈ ਮੇਰੇ ਹਿਸਾਬ ਦੇ ਨਾਲ ਹੋ ਸਕਦਾ ਮੈਂ ਇੰਨਾ ਪੂਰਾ ਐਗਜੈਕਟਲੀ ਠੀਕ ਨਾ ਹੋਵਾਂ ਅਸੀਂ ਪੰਜਾਬ ਡਾਇਲੋਗਸ ਵੀ ਚੱਲੇ ਹਾਂ ਕਿਸਾਨਾਂ ਦੇ ਬੋਰਡ ਅਸੀਂ ਫਾਰਮ ਸਾਇੰਟਿਸਟ ਇਕੋਨੋਮਿਸਟ ਨੂੰ ਵੀ ਕੰਸਲਟ ਕਰਨਾ ਵਾ ਅੱਛੀਆਂ ਪ੍ਰਪੋਜ਼ਲ ਸ਼ਾਇਦ ਸਾਡੇ ਨਾਲ ਉਹ ਦੇਣਗੇ ਲੇਕਿਨ ਮੇਰਾ ਇਹ ਮੰਨਣਾ ਕਿ ਜਿਹੜੀਆਂ ਅਗਰ ਪੰਜਾਬ ਹੁਣ ਕੀ ਹੋਇਆ ਤਾਂ ਕਣਕ ਝੋਨੇ ਦੇ ਪਿੱਛੇ ਪੈ ਗਿਆ ਸਾਰਾ ਪੰਜਾਬ ਐਂਡ ਦੇਰ ਇਜ਼ ਅ ਗਲਟ ਇੰਡੀਆ ਨਾਓ ਇਜ਼ ਆਲਮੋਸਟ ਸੈਲਫ ਸਫੀਸ਼ੀਐਂਟ ਇਨ ਫੂਡ ਗ੍ਰੇਨਸ ਦੂਜੇ ਸੂਬੇ ਜਿਹੜੇ ਬਿਹਾਰ ਮੱਧ ਪ੍ਰਦੇਸ਼ ਯੂਪੀ ਵਗੈਰਾ ਝੋਨਾ ਤੇ ਕਣਕ ਉੱਥੇ ਬਹੁਤ ਉੱਗਣ ਲੱਗ ਗਈ ਹੈ ਸੋ ਇਸ ਲਈ ਅਗਰ ਪੰਜਾਬ ਬਹੁਤ ਫਰਟਾਈਲ ਧਰਤੀ ਜਿੱਦਾਂ ਕੈਲੀਫੋਰਨੀਆ ਦੀ ਧਰਤੀ ਆਪਾਂ ਦੇਖੀ ਸਾਰਿਆਂ ਨੇ ਅਗਰ ਇਹਨਾਂ ਨੂੰ ਆਪਾਂ ਕਿਤੇ ਜ਼ੋਨਸ ਵਿੱਚ ਵੰਡ ਦਈਏ ਪੰਜਾਬ ਦੇ ਕੋਈ 6-7-8 ਜ਼ੋਨ ਬਣਾ ਦਈਏ ਕਿ ਆਹ ਸੋਇਲ ਜਿਹੜੀ ਆ ਆਹ ਹਿੱਸਾ ਪੰਜਾਬ ਦਾ ਵਾ ਉਹ ਆਹ ਰੋਟੇਸ਼ਨ ਬੀਜੇਗਾ ਕਮਾਦ ਬੀਜੇਗਾ ਤੇ ਕਮਾਦ ਹਰ ਸਾਲ ਕਮਾਦ ਤਾਂ ਸਾਰੇ ਸਾਲ ਦੀ ਫਸਲ ਹੀ ਆ ਦੂਸਰਾ ਜ਼ੋਨ ਜਿਹੜਾ ਵਾ ਉਹ ਕਣਕ ਤੇ ਝੋਨਾ ਬੀਜੇਗਾ ਤੀਸਰਾ ਆਲੂਆਂ ਦਾ ਕੰਬੀਨੇਸ਼ਨ ਬਣਾ ਕੇ ਕੋਈ ਮੱਕੀ ਵਗੈਰਾ ਜਾਂ ਚੌਥਾ ਜਿਹੜਾ ਅਗਰ ਇਸ ਨੂੰ ਜ਼ੋਨ ਵਿੱਚ ਵੰਡਾਂਗੇ ਤਾਂ ਉਹਦੀ ਪ੍ਰੋਡਕਸ਼ਨ ਜਿਹੜੀ ਆ ਉਹ ਸਾਨੂੰ ਹੈਂਡਲ ਕਰਨੀ ਸੌਖੀ ਹੋਵੇਗੀ ਹੁਣ ਤਾਂ ਕਣਕ ਤੇ ਝੋਨਾ ਹੀ ਆ ਜਾਂਦਾ ਉਹ ਅਸੀਂ ਸਾਂਭ ਨਹੀਂ ਸਕਦੇ ਗਵਰਨਮੈਂਟ ਆਫ ਇੰਡੀਆ ਨੂੰ ਸਾਂਭਣਾ ਪੈਂਦਾ ਉਹਦਾ ਕੋਈ ਹੱਲ ਨਹੀਂ ਹੈਗਾ ਔਰ ਮੈਨੂੰ ਅਫਸੋਸ ਇਸ ਗੱਲ ਦਾ ਮੈਂ ਕਦੇ ਵਿੱਚ ਨਹੀਂ ਬੈਠਾ ਸਰਕਾਰ ਦੇ ਬਟ ਆਈ ਐਮ ਕੁਆਇਟ ਸਰਪ੍ਰਾਈਜ਼ਡ ਕਿ ਇਹ ਜਿਹੜੀ ਮਾਰਕੀਟਿੰਗ ਆ ਇਹ ਪੰਜਾਬ ਦੀ ਗਵਰਨਮੈਂਟ ਨੇ ਕੋਸ਼ਿਸ਼ ਕਿਉਂ ਨਹੀਂ ਕੀਤੀ ਸਾਰਾ ਮਿਡਲ ਈਸਟ ਜਿਹੜਾ ਵਾ ਜਿੰਨੀਆਂ ਸਟੇਟਾਂ ਮੁਲਕ ਮਿਡਲ ਈਸਟ ਦੇ ਨੇ ਉਹ ਇੱਕ ਦਾਣਾ ਵੀ ਪੈਦਾ ਨਹੀਂ ਹੁੰਦਾ ਉੱਥੇ ਇੱਕ ਇੱਕ ਦੁੱਧ ਦੀ ਬੂੰਦ ਵੀ ਪੈਦਾ ਨਹੀਂ ਹੁੰਦੀ ਉਹ ਸਾਰਾ ਮੋਰਲੈਸ ਅਫਰੀਕਾ ਵਗੈਰਾ ਤੋਂ ਕਿਤੋਂ ਮੰਗਵਾਉਂਦੇ ਨੇ ਸਾਰਾ ਸਮਾਨ ਤੇ ਅਗਰ ਅਫਰੀਕਾ ਉਹਨੂੰ ਸਪਲਾਈ ਕਰ ਸਕਦਾ ਸਾਰਾ ਸਮਾਨ ਮਿਡਲ ਈਸਟ ਵਿੱਚ ਉਦਾਹਰਨ ਦੇ ਤੌਰ ਤੇ ਆ ਤੇ ਆਪਾਂ ਕੋਈ ਉਹਨਾਂ ਨੂੰ ਦੇ ਸਕਦੇ ਮੈਨੂੰ ਯਾਦ ਹੈ ਇੱਕ ਵਾਰੀ ਸੈਂਟਰਲ ਏਸ਼ੀਆ ਆਡਾ ਇਰਾਨ ਨੂੰ ਪੰਜਾਬ ਦੇ ਆਲੂ ਗਏ ਸੀ ਬਹੁਤ ਵੱਡੇ ਵੱਡੇ ਟਰੱਕ ਆਏ ਸੀ ਇਹ ਕੰਡੀਸ਼ਨ ਅੱਜ ਤੋਂ ਵਾਵਾ 30-35 ਸਾਲ ਪੁਰਾਣੀ ਗੱਲ ਹੈ ਮੈਂ ਉਹਨੂੰ ਪੜ੍ਹਦਾ ਸੀ ਸਕੂਲ 'ਚ ਗੱਲ ਮੈਂ ਉਦੋਂ ਆਪ ਦੇਖੇ ਨੇ ਤਾਂ ਉਹ ਆਲੂ ਜਿਹੜਾ ਇਰਾਨ ਵਿੱਚ ਵੇਚਿਆ ਗਿਆ ਸੀਗਾ ਤੋਂ ਮਾਰਕੀਟ ਲੱਭਣੀ ਪੰਜਾਬ ਦੇ ਉਤਪਾਦ ਵਾਸਤੇ ਛੋਟੀਆਂ ਛੋਟੀਆਂ ਚੀਜ਼ਾਂ ਦੀ ਕਿੰਨੀ ਔਖੀ ਗੱਲ ਹੈਗੀ ਆ ਔਰ ਐਗਰੋ ਇੰਡਸਟਰੀ ਨੂੰ ਪ੍ਰਮੋਟ ਕਰਨਾ ਕਿ ਜਿਹੜੀ ਸਾਡੀ ਪ੍ਰੋਡਕਸ਼ਨ ਹੋਵੇ ਉੱਥੇ ਉਹੀ ਉੱਥੇ ਹੀ ਕੰਜ਼ੂਮ ਹੋ ਕੇ ਜਿੱਦਾਂ ਮੈਂ ਕੱਲ੍ਹ ਗਿਆ ਬਦਾਮਾਂ ਦਾ ਫਾਰਮ ਸੀਗਾ ਤੇ ਬਦਾਮਾਂ ਦੇ ਫਾਰਮ ਵਾਲੇ ਨੇ ਆਪ ਹੀ ਸ਼ੈਲਰ ਲਾਇਆ ਹੋਇਆ ਸੀਗਾ
ਆਪੇ ਬਦਾਮਾਂ ਨੂੰ ਕੱਢ ਕੇ ਉਹਦੀ ਸਾਰੀ ਡਿਫਰੈਂਟ ਕੈਟਾਗਰੀਜ਼ ਬਣਾ ਕੇ ਪੈਕੇਜਿੰਗ ਕਰਕੇ ਉਹ ਸਿੱਧਾ ਐਕਸਪੋਰਟ ਕਰ ਰਿਹਾ ਸੀ ਕਰਨਾ ਪਾਸੇ ਸੋ ਅਗਰ ਆਪਾਂ ਐਗਰੋ ਇੰਡਸਟਰੀ ਨੂੰ ਐਗਰੀਕਲਚਰ ਦੇ ਨਾਲ ਜੋੜੀਏ ਔਰ ਇੱਕ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ ਜੀ ਕਿ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ ਵਾ ਤੁਹਾਡੇ ਮੇਰੇ ਖਿਆਲ ਜਿਹੜੇ ਕਿਸਾਨ ਲੋਕ ਅਗਰ ਹੋਣਗੇ ਅਗਰ ਤੁਸੀਂ ਕੋਈ ਮਸ਼ੀਨਰੀ ਲੈਣੇ ਤਾਂ ਇੱਥੇ ਮੇਰੇ ਖਿਆਲ 1.5% ਰੇਟ ਆਫ ਇੰਟਰਸਟ ਆ ਸਾਡੇ 13-14% ਇੰਟਰਸਟ ਹੈ ਐਗਰੀਕਲਚਰ ਦਾ ਸੋ ਪੰਜਾਬ ਦੀ ਸਟੇਟ ਗਵਰਨਮੈਂਟ ਨੂੰ ਐਟਲੀਸਟ ਜਿਹੜੇ ਕੋਪਰੇਟਿਵ ਬੈਂਕਸ ਜਿਹੜੇ ਸਾਡੇ ਥੱਲੇ ਆਉਂਦੇ ਨੇ ਉਹਨਾਂ ਦਾ ਕੁਛ ਅਸੀਂ ਰੇਟ ਆਫ ਇੰਟਰਸਟ ਵਗੈਰਾ ਘਟਾਵਾਂਗੇ ਸੋ ਮਲਟੀਫੇਸ ਸਟੈਪਸ ਜਿਹੜੇ ਅਸੀਂ ਚੁੱਕਾਂਗੇ ਕੁਛ ਬਿਹਤਰ ਦਿਮਾਗਾਂ ਨੂੰ ਇਨਵੋਲਵ ਕਰਕੇ ਲੈਟ ਅਸ ਸੀ ਦੈਟ ਅਸੀਂ ਕਿਸਾਨ ਦੀ ਸਿਚੁਏਸ਼ਨ ਨੂੰ ਕੀ ਇੰਪਰੂਵ ਕਰ ਸਕਦੇ ਹਾਂ ਔਰ ਅਸੀਂ ਗਵਰਨਮੈਂਟ ਆਫ ਇੰਡੀਆ ਨਾਲ ਵੀ ਆਪਣੇ ਹਕੂਕ ਹੀ ਲੈਣੇ ਆ ਅਸੀਂ ਕਿਹੜਾ ਕੋਈ ਉਹਨਾਂ ਕੋਲ ਮਿੰਤ ਕੱਢ ਕੇ ਆਪਣੀ ਗੱਲ ਲੈਣੀ ਆ ਉਹਨਾਂ ਦੇ ਵੀ ਪ੍ਰੈਸ਼ਰ ਬਰਕਰਾਰ ਰੱਖਾਂਗੇ ਕਿ ਪੰਜਾਬ ਜਾਂ ਇੰਡੀਆ ਦੇ ਕਿਸਾਨਾਂ ਨੂੰ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਰਿਮਨਰੇਟਿਵ ਕੀਤੀ ਜਾਵੇ ਪ੍ਰੋਫਿਟੇਬਲ ਕੀਤੀ ਜਾਵੇ ਵੀ ਵਿਲ ਟ੍ਰਾਈ ਆਵਰ ਬੇਸ ਬਿਕੋਜ਼ ਪੰਜਾਬ ਦਾ ਜੀ ਬੇਸਿਕਲੀ ਬੇਸ ਹੀ ਕਿਸਾਨਾਂ ਤੇ ਆ ਜੇ ਕਿਸਾਨੀ ਨਹੀਂ ਹੈਗੀ ਤੇ ਲੇਬਰ ਵੀ ਫੇਲ ਹੋ ਜਾਂਦੀ ਆ ਤੇ ਦੁਕਾਨਦਾਰ ਵੀ ਫੇਲ ਹੋ ਜਾਂਦਾ ਕਿਉਂਕਿ ਸਾਰੀ ਇਕਨੋਮੀ ਹੀ ਕਿਸਾਨ ਦੇ ਥਰੂ ਚੱਲਦੀ ਆ ਇਸ ਵਾਰ ਤੁਸੀਂ ਕਿਹਾ ਸੀਗਾ ਉਹ ਇਹਨਾਂ ਨੇ ਜ਼ਰੂਰ ਕਿਉਂਕਿ ਸਾਰੇ ਇਹਨਾਂ ਦੇ ਬਾਕੀ ਹਥਿਆਰ ਫੇਲ ਹੋ ਚੁੱਕੇ ਨੇ ਤਾਂ ਇਹ ਕੋਈ ਨਾ ਕੋਈ ਇਮੋਸ਼ਨਲ ਮੁੱਦਾ ਕੱਢ ਕੇ ਤਾਂ ਸਾਡੀ ਪਾਰਟੀ ਦੇ ਉੱਤੇ ਹਮਲਾ ਕਰ ਰਹੇ ਨੇ ਪਰ ਜਿਹੜੇ ਲੋਕ ਪੰਜਾਬ ਦੇ ਨੇ ਕਾਫੀ ਸਮਝਦੇ ਨੇ ਉਹਨਾਂ ਦਾ ਹੁਣ ਇਸ ਫਾਈਲ ਇਜ਼ ਅ ਇੰਪੋਰਟੈਂਟ ਇਸ਼ੂ ਆਈ ਡੋਂਟ ਸੇ ਇਟ ਇਜ਼ ਨਾਟ ਐਨ ਇੰਪੋਰਟੈਂਟ ਲੇਕਿਨ ਅੱਜ ਦੀ ਡੇਟ ਵਿੱਚ ਦੇਖੀਏ ਕਿ ਬਾਦਲ ਕੋਈ ਭਾਵਕ ਬਿਆਨ ਦੇ ਕੇ ਲੋਕਾਂ ਨੂੰ ਮੂਰਖ ਬਣਾ ਲੂਗਾ ਉਹ ਨਹੀਂ ਉਹ ਬਣਨਾ ਕਿਉਂਕਿ ਦੋਨਾਂ ਪਾਰਟੀਆਂ ਦੇ ਦੋਗਲੇ ਮਾਪਦੰਡ ਨੇ ਇਸ ਫਾਈਲ ਦੇ ਮੈਂ ਥੋੜੇ ਦਿਨ ਪਹਿਲਾਂ ਮੁੱਦੇ ਦੇ ਉਹ ਪੋਸਟਰ ਦਿਖਾਤਾ ਸੀ ਜਿੱਥੇ ਇੰਦਰਾ ਗਾਂਧੀ ਨੇ ਪਹਿਲਾ ਟੱਕ ਮਾਰਿਆ ਸੀਗਾ 8 April 1982 ਨੂੰ ਕਪੂਰੀ ਪਿੰਡ ਪਟਿਆਲੇ ਦੇ ਵਿੱਚ ਇਸ ਫਾਈਲ ਨੂੰ ਖੁਦਾਈ ਕਰਨ ਦਾ ਔਰ ਉਸ ਸਮਾਗਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬਤੌਰ ਮੈਂਬਰ ਪਾਰਲੀਮੈਂਟ ਪਟਿਆਲੇ ਦੇ ਆਪ ਹਾਜ਼ਰ ਸੀਗੇ ਸੋ ਦੈਟਸ ਅ ਡਬਲ ਸਟੈਂਡਰਡ ਅੱਜ ਕਹਿੰਦੇ ਅਸੀਂ ਪਾਣੀਆਂ ਦੇ ਰੱਖੇ ਆ ਤੇ ਟੱਕ ਵੀ ਆਪਾਂ ਨੇ ਮਾਰਤਾ ਤੇ ਬਾਦਲਾਂ ਦੀ ਡਬਲ ਸਟੈਂਡਰਡ ਇਹ ਨੇ ਇਹ ਇੱਥੇ ਅਸੈਂਬਲੀ 'ਚ ਮਤਾ ਪਾਸ ਕਰ ਰਹੇ ਨੇ ਕਿ ਅਸੀਂ ਪੰਜਾਬ ਦੇ ਇਸ ਫਾਈਲ ਨੂੰ ਕਬੂਲ ਲੈਣਾ ਤੇ ਉੱਪਰ ਇਹ ਹਰਸਿਮਰਤ ਕੌਰ ਬਾਦਲ ਮੋਦੀ ਦੀ ਕੈਬਨਿਟ ਵਿੱਚ ਮਿਨਿਸਟਰ ਬੈਠ ਕੇ ਜਿਹੜਾ ਪਹਿਲਾ ਐਫੀਡੇਵਿਟ ਫਾਈਲ ਕੀਤਾ 8 March 2016 ਨੂੰ ਹੋਣੇ ਸੁਪਰੀਮ ਕੋਰਟ ਵਿੱਚ ਉਹਦੇ ਮੋਦੀ ਨੇ ਸਟੈਂਡ ਲਿਆ ਸੀਗਾ ਕਿ ਐਸ ਵਾਈ ਐਲ ਨਹਿਰ ਛੇਤੀ ਬਣਨੀ ਚਾਹੀਦੀ ਹੈ ਐਂਡ ਵੈਨ ਐਫੀਡੇਵਿਟ ਵਾਸ ਫਾਈਲਡ ਬਾਈ ਦ ਸੋਲਿਸਟਰ ਜਨਰਲ ਆਫ ਇੰਡੀਆ ਰਣਜੀਤ ਕੁਮਾਰ ਉਹਦੇ 'ਚ ਕੌਂਸਲ ਆਫ ਮਿਨਿਸਟਰ ਦੀ ਸ਼ਮੂਲੀਅਤ ਹੁੰਦੀ ਸੀ ਇਸ ਕਰਕੇ ਲੋਕਾਂ ਨੇ ਪੰਜਾਬ ਦੇ ਵਿੱਚ ਇਹਨਾਂ ਦੋਨਾਂ ਪਾਰਟੀਆਂ ਦੇ ਦੋਗਲੇ ਚਿਹਰੇ ਐਸ ਵਾਈ ਐਲ ਦੇ ਇਸ਼ੂ ਦੇ ਉੱਤੇ ਵੀ ਕਾਫੀ ਹੱਦ ਤੱਕ ਬੇਨਕਾਬ ਪੰਜਾਬ ਵਿੱਚ ਹੋ ਚੁੱਕੇ ਐਂਡ ਆਈ ਡੋਂਟ ਥਿੰਕ ਦੈਟ ਹੀ ਵਿਲ ਬੀ ਏਬਲ ਟੂ ਪਲੇ ਟੂ ਮੱਚ ਆਫ ਇਮੋਸ਼ਨਲ ਪੋਲਿਟਿਕਸ ਔਨ ਐਸ ਵਾਈ ਐਲ ਆਲਸੋ ਐਟ ਦਿਸ ਪੁਆਇੰਟ ਆਫ ਟਾਈਮ My question is for you is that you're reaching a great deal of the party. What's the state of the leadership and who is your protected chief? Chief Minister da hale koi is tarah party ne koi faisla nahi liya because I personally feel ke hale sade kol 9-10 mahine da samay there is no urgency and there is no immediate cause of worry there because ਦੂਜੀਆਂ ਪਾਰਟੀਆਂ ਨੇ ਤਾਂ ਭਾਈਚਾਰੇ ਇਸ ਕਰਕੇ ਵਿਵਾਦ ਛੇੜਿਆ ਉਹਨਾਂ ਦਾ ਹੀ ਕੈਪਟਨ ਸਾਹਿਬ ਕਹਿੰਦੇ ਨੇ ਜੀ ਇਹਨਾਂ ਕੋਲ ਕਿਹੜਾ ਬੰਦਾ ਜੀ ਮੁੱਖ ਮੰਤਰੀ ਦਾ ਦੱਸੋ ਤੁਹਾਡੇ ਕੋਲ ਬੰਦਾ ਕਿਹੜਾ ਵਾ ਤੇ ਬਾਦਲ ਸਾਹਿਬ ਵੀ ਕਹਿੰਦੇ ਨੇ ਕਿ ਤੁਹਾਡੇ ਕੋਲ ਦੱਸੋ ਜੀ ਕਿਹੜਾ ਹੁੰਦਾ ਉਹ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਇਹ ਨਾ ਇਹੋ ਜਿਹੇ ਲੀਡਰ ਨੇ ਨਾ ਕਾਬਲ ਦੇ ਲੀਡਰ ਨੇ ਤੇ ਇਹਨਾਂ ਕੋਲ ਬੰਦਾ ਹੀ ਹੈ ਨਹੀਂ ਗਾ ਤੇ ਇਸ ਇਸ਼ੂ ਦੇ ਉੱਤੇ ਫੇਲ ਹੋ ਜਾਣਗੇ ਜਦਕਿ ਸਾਡਾ ਇਹ ਮੰਨਣਾ ਵਾ ਇਹ ਦੋਨੋਂ ਹੀ ਆਬਸੋਲੀਟ ਲੀਡਰ ਨੇ ਬਾਦਲ ਸਾਹਿਬ ਹੁਣ 90 ਸਾਲਾਂ ਦੇ ਉਹਨਾਂ ਨੂੰ 4-5 ਬੰਦੇ ਖੜਾ ਕਰਕੇ ਤੂਰ ਕੇ ਨਾਲ ਲੈ ਕੇ ਜਾਂਦੇ ਨੇ ਤੇ ਕੈਪਟਨ ਸਾਹਿਬ ਵੀ 2017 ਦੀ ਇਲੈਕਸ਼ਨ ਵੇਲੇ 75 ਸਾਲ ਦੇ ਹੋਣਗੇ ਇਸ ਲਈ ਕਿੰਨਾ ਇੰਨੀ ਓਲਡ ਲੀਡਰਸ਼ਿਪ ਦੇ ਮੁਕਾਬਲੇ ਸਾਡੀ ਪਾਰਟੀ ਅੱਛੇ ਕਿਸੇ ਪੜ੍ਹਿਆ ਲਿਖਿਆ ਲੋਕਾਂ ਨੂੰ ਜਾਂ ਚੰਗੇ ਆਦਮੀ ਦਾ ਜਦੋਂ ਵੀ ਕੋਈ ਫੈਸਲਾ ਲੈਣਗੇ ਅਸੀਂ ਸਾਰੇ ਇਕਜੁੱਟ ਹੋ ਕੇ ਸਾਡੀ ਪਾਰਟੀ ਨੂੰ ਫੈਸਲਾ ਲੈ ਲੈਂਦੋ ਐਟ ਦ ਡਿਊ ਟਾਈਮ ਆਫਟਰ ਡਿਊ ਡਿਲੀਜੈਂਸ ਐਂਡ ਵੀ ਆਈ ਪ੍ਰੋਮਿਸ ਯੂ ਦੈਟ ਵੀ ਵਿਲ ਆਲ ਬੀ ਵਨ ਟੀਮ ਐਂਡ ਵੀ ਸਪੋਰਟ ਐਂਡ ਗੋ ਇਟ ਫੋਰ ਦ ਇਲੈਕਸ਼ਨ ਥੈਂਕ ਯੂ ਉਹ ਕਾਰਡ ਨਹੀਂ ਕੀ ਮਤਲਬ ਕੋਈ ਹੋਲੀ ਗੱਲ ਨਹੀਂ ਹੋਊਗਾ ABC ਜਿਹੜਾ ਵੀ ਹੋਊਗਾ ਆਈ ਐਮ ਕੁਆਇਟ ਸ਼ੋਰ ਕਿ ਕਾਫੀ ਹੱਦ ਤੱਕ ਗੱਲਾਂ ਠੀਕ ਕੀਤੀਆਂ ਜਾ ਸਕਦੀਆਂ ਔਰ ਜਦੋਂ ਤੁਸੀਂ ਕੰਮ ਚੰਗਾ ਕਰਦੇ ਹੋ ਨਾ ਜੀ ਉਹ ਗਿਣਤੀ ਲੋਕਾਂ ਦੀ ਖੁਸ਼ ਹੁੰਦੀ ਚੰਦ ਨਾਰਾਜ਼ ਹੋ ਸਕਦੇ ਨੇ ਯੂ ਟੇਕ ਐਨੀ ਗੁੱਡ ਐਕਸ਼ਨ ਤੁਸੀਂ ਲੈਟ ਸੇ ਆਪਾਂ ਲੋਕਾਂ ਨੂੰ ਕਹੀਏ ਕਿ ਅਸੀਂ ਕਾਨੂੰਨ ਹੀ ਠੀਕ ਇੰਪਲੀਮੈਂਟ ਕਰਨਾ ਵਾ ਥੋੜ੍ਹੇ ਜਿਹੇ ਬੰਦੇ ਨਾਰਾਜ਼ ਹੋਣਗੇ ਜੀ ਸਾਡਾ ਐਲਾਨ ਕਰਤਾ ਜੀ
ਸਾਡੇ ਨਾਲ ਮਾੜੀ ਗੱਲ ਕੀਤੀ ਜੀ, ਸਾਡਾ ਜੀ ਫੋਨ ਨਹੀਂ ਸੁਣਿਆ ਜੀ, ਸਾਡਾ MLA ਦੇ ਕਹਿਣ ਤੇ ਬੰਦਾ ਨਹੀਂ ਛੱਡਿਆ, ਬਟ ਲਾਰਜਰ ਸੈਕਸ਼ਨ ਆਫ ਦ ਪੋਪੂਲੇਸ਼ਨ ਵਿਲ ਬੀ ਹੈਪੀ ਹੈਪੀ ਕਿ ਇਹ ਕੀ ਕੰਮ ਕਰ। ਸਰਦਾਰ ਸਾਹਿਬ ਦੀ ਗੱਲ ਸੁਣਨਾ, ਉਹ ਬੇਸਿਕਲੀ ਹਿਊਮਨ ਰਾਈਟ ਵਾਇਲੇਸ਼ਨਸ ਇਨ ਪੰਜਾਬ। ਅਰਸੇ ਤੋਂ ਪੁਲਿਸ ਦੇ ਕੁਛ ਗੁਨਾਹਗਾਰ ਅਫਸਰਾਂ ਨੇ ਬਹੁਤ ਲੋਕਾਂ ਦੇ ਹਿਊਮਨ ਰਾਈਟਸ ਨੂੰ ਵਾਇਲੇਟ ਕੀਤਾ, ਬਹੁਤ ਸਾਰੇ ਲੋਕਾਂ ਨੂੰ ਫੇਕ ਇਨਕਾਊਂਟਰਸ ਮਾਰਿਆ ਗਿਆ, ਬਹੁਤ ਸਾਰੇ ਲੋਕਾਂ ਨੂੰ ਐਕਸਟਰਾ ਜੁਡੀਸ਼ੀਅਲ ਕਿਲਿੰਗ ਵਿੱਚ ਐਲੀਮੀਨੇਟ ਕੀਤਾ ਗਿਆ। ਇਹਦੀ ਚਿੰਤਾ ਪੰਜਾਬ ਦੇ ਕਾਫੀ ਲੋਕਾਂ ਨੂੰ ਹੈ, ਕਿਉਂਕਿ ਬਹੁਤ ਸਾਰੇ ਲੋਕ ਇਫੈਕਟ ਹੋਏ। ਔਰ ਮੈਨੂੰ ਬੜਾ ਅਫਸੋਸ ਹੋਇਆ ਕਿ ਜਿਹੜੀ ਤਾਂ ਮੈਂ ਇਹਨਾਂ ਨੂੰ ਕਹਿੰਦਾ ਅਖੌਤੀ ਪੰਥ ਅਤੇ ਅਖੌਤੀ ਸਿੱਖ, ਅਕਾਲੀ ਦਲ ਦੀ ਸਰਕਾਰ ਹੋਵੇ ਅਤੇ ਅਕਾਲੀ ਦਲ ਦੀ ਸਰਕਾਰ ਨੇ ਜਿਹੜੇ ਸਭ ਤੋਂ ਲੱਭ ਕੇ ਐਂਟੀ ਸਿੱਖ ਅਫਸਰਾਂ ਨੂੰ ਉੱਥੇ ਨਵਾਜਿਆ, ਸੈਣੀ ਸੁਮੇਧ ਸਿੰਘ ਜਿਹਦੇ 'ਤੇ ਇਲਜ਼ਾਮ ਸੀਗਾ ਕਿ ਇਹਨੇ ਆਹ ਜਿਹੜੇ ਪ੍ਰੋਫੈਸਰ ਜਗਿੰਦਰਪਾਲ ਭੁੱਲਰ ਦੇ ਪਿਓ ਅਤੇ ਚਾਚੇ ਸਮੇਤ ਇੱਕ IAS ਅਫਸਰ ਮੁਲਤਾਨੀ ਦੇ ਨੌਜਵਾਨ ਮੁੰਡੇ ਨੂੰ ਫੇਕ ਇਨਕਾਊਂਟਰ ਦੇ ਵਿੱਚ ਮਾਰਿਆ, ਉਸ ਤੋਂ ਇਲਾਵਾ ਪਤਾ ਨਹੀਂ ਕਿੰਨੇ ਹੋਰ ਮਾਰੇ। ਲੇਕਿਨ ਇਸ ਸ਼੍ਰੇਣੀ ਨੂੰ ਅਕਾਲੀ ਦਲ ਦੀ ਸਰਕਾਰ ਨੇ 6 IPS ਅਫਸਰਾਂ ਨੂੰ ਸੁਪਰਸੀਡ ਕਰਕੇ ਅਤੇ ਸੁਮੇਧ ਸਿੰਘ ਸ਼੍ਰੇਣੀ ਨੂੰ DGP ਲਾਇਆ। ਮੈਂ ਉੱਦਣ ਸਮਝ ਗਿਆ ਸੀਗਾ ਕਿ ਇਹਨਾਂ ਦੇ ਦਿਨ ਥੋੜ੍ਹੇ ਨੇ, ਜੇ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਇਸ ਤਰ੍ਹਾਂ ਦੇ ਉਹਨਾਂ ਲੋਕਾਂ ਨੂੰ ਜਿਹਨਾਂ ਨੇ ਕਰੂਲਟੀ ਕੀਤੀ ਆ, ਜਿਹਨਾਂ ਨੇ ਹਿਊਮਨ ਰਾਈਟਸ ਵਾਇਲੇਟ ਕੀਤੇ ਨੇ, ਉਹਨਾਂ ਲੋਕਾਂ ਨੂੰ ਤੁਸੀਂ DGP ਬਣਾ ਰਹੇ ਹੋ। ਔਰ ਨਾਲ ਆਲਮ ਸੈਨਾ ਦੇ ਨਾਲ ਮਸ਼ਹੂਰ ਸੀਗਾ ਅਜ਼ਹਾਰ ਆਲਮ ਜਿਹੜਾ ਪੰਜਾਬ ਦੇ ਵਿੱਚ, ਉਹਦੀ ਵਾਈਫ ਨੂੰ ਮਲੇਰਕੋਟਲੇ ਤੋਂ ਟਿਕਟ ਦੇ ਕੇ ਅਤੇ MLA ਬਣਾਇਆ ਵਾ। ਇਸ ਲਈ ਉਹਨਾਂ ਨੇ ਉਹ ਤਾਂ ਹੋ ਗਏ ਫੇਲ ਇਸ ਕੰਮ ਦੇ ਵਿੱਚ, ਲੇਕਿਨ ਇਹ ਹਿਊਮਨ ਰਾਈਟਸ ਵਾਇਲੇਸ਼ਨ ਨੂੰ ਅਪਹੋਲਡ ਕਰਨਾ ਇਹ ਵੀ ਵਰਲਡ ਏਜੰਡਾ ਵਾ। ਵੀ ਹੈਵ ਟੂ ਅਪਹੋਲਡ ਹਿਊਮਨ ਰਾਈਟ ਵਾਇਲੇਸ਼ਨਸ, ਬਿਕੋਜ਼ ਵੈਨ ਵੀ ਹੈਵ ਅ ਪ੍ਰੋਪਰ ਸਿਸਟਮ ਇਨ ਪਲੇਸ, ਵੀ ਹੈਵ ਦ ਪੁਲਿਸ, ਵੀ ਹੈਵ ਦ ਕ੍ਰਿਮੀਨਲ ਜਸਟਿਸ ਸਿਸਟਮ, ਵੀ ਹੈਵ ਦ ਕੋਰਟਸ, ਨੋਬਡੀ ਸ਼ੁੱਡ ਬੀ ਗਿਵਨ ਐਨੀ ਸੱਚ ਅਥਾਰਿਟੀ ਦੈਟ ਯੂ ਕੈਨ ਕਿਲ ਅ ਪਰਸਨ ਇਨ ਕੋਲਡ ਬਲੱਡ ਔਰ ਯੂ ਕੈਨ ਕਿਲ ਅ ਪਰਸਨ ਇਨ ਐਕਸਟਰਾ ਜੁਡੀਸ਼ੀਅਲ ਕਿਲਿੰਗ। ਹੁਣ ਗੱਲ ਸਵਾਲ ਇਹ ਹੈਗੀ ਕਿ ਸਾਡੀ ਪਾਰਟੀ ਇਹਦੇ 'ਤੇ ਕਿਉਂ ਨਹੀਂ ਗੱਲ ਕਰਦੀ ਜ਼ਿਆਦਾ? ਅਸੀਂ ਮਹਿਫਲ ਕਲਾਂ ਕਾਂਡ ਉੱਤੇ ਬੜੇ ਜ਼ੋਰਾਂ ਦੇ ਨਾਲ ਹੈ, ਔਰ ਮੈਂ ਇਹ ਵੀ ਤੁਹਾਡੀ ਜਿਹੜੀਆਂ ਇੰਪੋਰਟੈਂਟ ਇਸ਼ੂਜ਼ ਜਿਹੜੇ ਤੁਸੀਂ ਮੈਨੂੰ ਦੇ ਰਹੇ ਹੋ, ਇੱਦਾਂ ਮੈਂ ਆਪਣੀ ਪਾਰਟੀ ਦੇ ਉੱਥੇ ਰੱਖੂੰਗਾ ਜਿਹੜਾ ਸਾਡਾ ਏਜੰਡਾ ਤੈਅ ਹੋ ਰਿਹਾ ਵਾ ਕਿ ਕਿਉਂ ਨਾ ਉਹਨਾਂ ਲੋਕਾਂ ਦੇ ਨਾਲ ਜਿਹਨਾਂ ਨੂੰ ਬੇਇਨਸਾਫੀ ਜਾਂ ਜਿਹਨਾਂ ਨੂੰ ਮਾਰਿਆ ਗਿਆ ਵਾ ਉਹਨਾਂ ਦੇ ਗੁਨਾਹਗਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ। ਨੈਵਰ ਟੂ ਲੇਟ, ਆਹ ਹੁਣੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਮਾਫ਼ੀ ਮੰਗਣੀ ਆ, ਪ੍ਰਾਈਮ ਮਿਨਿਸਟਰ ਨੇ ਕਾਮਾ ਗਾਟਾ ਮਾਰੂ ਦਾ ਜਿਹੜਾ 102 ਵੱਡੇ ਕੰਮ ਕਰਨੇ ਚਾਹੀਦੇ, ਆਪਾਂ ਨੂੰ ਕਰਨੇ ਚਾਹੀਦੇ ਸਾਰਿਆਂ ਨੂੰ ਪੰਜਾਬ ਦੇ ਵਿੱਚ। ਇੱਕ ਕਮਿਸ਼ਨ ਆਫ ਇਨਕੁਆਇਰੀ ਕਰਪਟ ਬੰਦਿਆਂ ਦੇ ਖਿਲਾਫ਼ ਉਠਾਉਣਾ ਚਾਹੀਦਾ, ਉਹਦੇ ਵਿੱਚ ਸਾਰੇ ਕਰਪਟ, ਵਿੱਚ ਬਾਦਲ, ਵਿੱਚ ਜਗੀਠੀਆ, ਵਿੱਚ ਮਲੂਕੇ, ਵਿੱਚ ਤੋਤੇ ਅਤੇ ਬਾਕੀ ਉਹ ਅਫਸਰ ਜਿਹਨਾਂ ਨੇ ਜਿਹਨਾਂ ਦੇ ਪੰਜਾਬ ਨਸੀਹਤ ਹੋਵੇ ਕਿ ਤੁਸੀਂ ਆਪਣੇ ਸੂਬੇ ਦੇ ਨਾਲ ਲੁੱਟ ਘਸੁੱਟ ਕਰਕੇ ਤੇ ਬਚ ਨਹੀਂ ਸਕਦੇ। ਜਿੱਦਣ ਇਹ ਮੈਸੇਜ ਚੱਲ ਜੂਗਾ, ਹਰ ਪੋਲੀਟੀਕਲ ਬੰਦਾ, ਹਰ ਅਫਸਰ ਇਹ ਬਚੂਗਾ ਕਿ ਮੈਂ ਗਲਤ ਕੰਮ ਨਾ ਕਰਾਂ, ਆਈ ਕੈਨ ਬੀ ਹੈਲਡ ਅਕਾਊਂਟੇਬਲ। ਔਰ ਇਸੇ ਤਰ੍ਹਾਂ ਹੀ ਇਹ ਜਿਹੜਾ ਫੇਕ ਇਨਕਾਊਂਟਰਸ ਦਾ ਮਸਲਾ ਹੈਗਾ, ਆਈ ਥਿੰਕ ਦੇਰ ਇਫ ਦੇਰ ਇਜ਼ ਅ ਪ੍ਰੋਪਰ ਕੰਕਰੀਟ ਜੁਡੀਸ਼ੀਅਲ ਇਨਕੁਆਇਰੀ ਟਾਈਮ ਬਾਉਂਡ ਹੈਲਡ ਬਾਈ ਮੇ ਬੀ ਸਿਟਿੰਗ ਜੱਜਸ ਆਫ ਦਾ ਹਾਈ ਕੋਰਟ ਜਾਂ ਰਿਟਾਇਰਡ ਜੱਜਸ ਆਫ ਦਾ ਹਾਈ ਕੋਰਟ ਟੂ ਫਿਕਸ ਰਿਸਪੋਂਸਿਬਿਲਿਟੀ ਕਿ ਇਹਨਾਂ ਲੋਕਾਂ ਨੇ ਐਕਸਟਰਾ ਜੁਡੀਸ਼ੀਅਲ ਅਤੇ ਫੇਕ ਇਨਕਾਊਂਟਰਾਂ ਵਿੱਚ ਬੰਦੇ ਮਾਰੇ। ਲੈਫਟ ਟੂ ਮੀ ਆਈ ਥਿੰਕ ਇਹ ਹਜ਼ੂਰ ਹੋਣਾ ਚਾਹੀਦਾ ਅਤੇ ਤੁਹਾਡੇ ਜਜ਼ਬਾਤ ਮੈਂ ਆਪਣੀ ਪਾਰਟੀ ਦੇ ਵਿੱਚ ਜ਼ਰੂਰ ਰੱਖਾਂਗਾ। ਅਮੇਰਿਕਾ ਦੇ ਵਿੱਚ ਵੀ ਕਿਸੇ ਵੇਲੇ ਸਿਵਲ ਵਾਰਸ ਹੋਈਆਂ ਹੋਈਆਂ, ਇੱਥੇ ਵੀ ਲੜਾਈ ਝਗੜਾ ਹੋਇਆ ਹੋਣਾ, ਇੱਥੇ ਵੀ ਭ੍ਰਿਸ਼ਟਾਚਾਰ ਸੀਗਾ, ਲੇਕਿਨ ਕਿਸੇ ਆਦਮੀ ਨੇ ਤਾਂ ਜੁਰਤ ਕਰਕੇ ਉਹਨੂੰ ਲਾਈਨ ਤੇ ਲੈ ਕੇ ਆਏ ਨੇ।
ਸੋ ਵੀ ਵਿਲ ਟ੍ਰਾਈ ਆਵਰ ਬੈਸਟ ਜੀ ਵਿਲ ਟ੍ਰਾਈ ਆਵਰ ਬੈਸਟ ਐਂਡ ਨਾਲੇ ਹੁਣ ਕਹਿ ਰਹੇ ਨੇ ਕਿ ਅਗਲਾ ਨਾ ਸਾਡਾ ਇੱਕ ਇਵੈਂਟ ਹੈਗਾ ਤੇ ਹੁਣ ਕਹਿੰਦੇ ਨੇ ਕਿ ਤਿੰਨ ਸਵਾਲ ਕੀਲੇ ਪਲੀਜ਼ ਜੀ ਤਿੰਨ ਸਵਾਲ ਕੀਲੇ ਪੁੱਛੋ ਹਾਂਜੀ ਖੇਰਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਇੱਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ਸੋ ਉਸ ਗੁਰੂ ਨਾਨਕ ਸਾਹਿਬ ਦੀ ਸੋਚ ਤੇ ਜੇ ਆਪ ਪਾਰਟੀ ਚੱਲੀ ਹੈ ਇਮਾਨਦਾਰੀ ਸ਼ਰਮ ਕਰਮ ਦੋਏ ਛੱਪ ਲੋਏ ਹੋਰ ਵੀ ਉੱਠ ਸੀ ਸੋ ਐਲਾਨਾਬਾਦ ਤੇ ਹਮਲਾ ਜਦੋਂ ਹੋਇਆ ਸੀਗਾ ਬਾਬਰ ਨੇ ਕੀਤਾ ਸੀਗਾ ਉਸ ਜ਼ੁਲਮ ਤੇ ਕਤਲੋਗਾਰ ਦੇ ਖਿਲਾਫ ਗੁਰੂ ਨਾਨਕ ਸਾਹਿਬ ਮੈਂ ਉਸੇ ਕਤਲੋਗਾਰ ਦੀ ਗੱਲ ਕਰਾਂਗਾ ਪਰਮਾਤਮਾ ਦਾ ਗੁਣ ਕੋਈ ਵੀ ਲੈ ਲਵੇ ਉਹ ਉੱਪਰ ਉਠਾਉਂਦਾ ਇਮਾਨਦਾਰੀ ਤੁਹਾਡੇ ਪਾਸ ਹੈ ਮੈਂ ਵਧਾਈ ਤੁਹਾਨੂੰ ਅੱਜ ਤੋਂ ਹੀ ਦੇ ਦੂੰਗਾ ਕਿ ਤੁਹਾਡੀ ਪਾਰਟੀ ਉੱਥੇ ਸਰਕਾਰ ਬਣਾਏਗੀ ਮੇਰਾ ਸਵਾਲ ਇਹ ਹੈ ਚਾਹੇ ਪੰਜਾਬ ਸਰਕਾਰਾਂ ਆਈਆਂ ਚਾਹੇ ਕੋਈ ਵੀ ਆਇਆ ਕਿਹੜੀਆਂ ਏਜੰਸੀਆਂ ਜਾਂ ਕਿਹੜੀਆਂ ਉਹ ਮੈਂ ਇਹ ਕਹਿਣ ਤੋਂ ਜਕਾਗਾ ਨਹੀਂ RSS ਸਿੱਖਾਂ ਦੇ ਲਈ ਹਰੇਕ 84 ਦੀ ਹੋਲੀ ਕਿਉਂ ਖੇਡਦੀ ਹੈ 1984 ਤਾਂ ਖੇਡੀ ਉਸ ਤੋਂ ਬਾਅਦ ਸਾਡੇ ਨਾਲ ਖੇਡੀ ਗਈ ਕਿਸਾਨੀ ਦੀ 84 ਸਾਡੇ ਨਾਲ ਖੇਡੀ ਗਈ ਨਸ਼ਿਆਂ ਦੀ 84 ਜਿਹੜੀਆਂ ਹਿਡਨ ਸੀ ਅਸੀਂ ਦੇਖ ਨਹੀਂ ਸਕੇ ਗੋਲੀਆਂ ਨਾਲ ਤਾਂ ਨਹੀਂ ਪਰ ਉਹਨਾਂ ਨੇ ਇਸ ਤਰ੍ਹਾਂ 84 ਕਰਕੇ ਸਾਨੂੰ ਮਾਰਿਆ ਸੋ ਮੇਰਾ ਇਹ ਸਵਾਲ ਹੈ ਖੈਰਾ ਜੀ ਕਿ ਇਸ ਤਰ੍ਹਾਂ ਦੀਆਂ ਇਹੋ ਜਿਹੀਆਂ ਦੌੜ ਨੀਤੀਆਂ ਅਤੇ ਪੰਜਾਬ ਸਿੱਖਾਂ ਦੀ ਆਮਦ ਜ਼ਿਆਦਾ ਸਿੱਖਾਂ ਦੀ ਪ੍ਰਫੁੱਲਤਾ ਸੋ ਸਿੱਖਾਂ ਦੇ ਵਾਸਤੇ ਤੁਹਾਡੀ ਪਾਰਟੀ ਦੀ ਉਹ ਰਾਏ ਕੀ ਹੋਵੇਗੀ ਦੂਸਰਾ ਕਿ ਸੰਵਿਧਾਨ ਦੀ ਧਾਰਾ 25 ਦੇ ਮੁਤਾਬਕ ਸਾਡਾ ਫਲਸਫਾ ਸਿੱਖ ਹੈ ਇਹਨੂੰ ਕਿਸ ਤਰ੍ਹਾਂ ਤੁਸੀਂ ਲਵੋਗੇ ਕਿ ਇਹ ਸੋਧ ਕਰਵਾਓਗੇ ਕਿ ਵਾਕਿਆ ਇਹ ਸਿੱਖ ਵੱਖਰੀ ਕੌਮ ਆ ਜੀ ਥੈਂਕ ਯੂ ਜੀ ਦੇਖੋ ਗੱਲ ਇਹ ਹੈਗੀ ਆ ਕਿ ਲੈਟਸ ਪੁੱਟ ਇਟ ਦਿਸ ਵੇ ਕਿ ਸਾਡੀ ਪਾਰਟੀ ਨਾ ਜੀ ਇਹ ਇੱਕ ਸੈਕੂਲਰ ਪਾਰਟੀ ਹੋਣ ਦੇ ਨਾਲ ਟਰੂਲੀ ਸੈਕੂਲਰ ਪਾਰਟੀ ਹੋਣ ਦੇ ਨਾਲ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਸੀਂ ਸਭ ਦਾ ਕਰਦੇ ਹਾਂ ਔਰ ਸੁਭਾਵਕ ਗੱਲ ਆ ਕਿ ਸਿੱਖ ਜਿਹੜੇ ਨੇ ਉਹ ਪੰਜਾਬ ਡੋਮੀਨੇਟ ਕਰਦੇ ਔਰ ਸਿੱਖਾਂ ਨੇ ਕੇਵਲ ਪੰਜਾਬ ਵਿੱਚ ਹੀ ਰਾਜ ਭਾਗ ਕਰਨਾ ਡੋਮੀਨੇਟ ਕਰਨਾ ਤਾਂ ਇਹਨਾਂ ਦੀਆਂ ਐਸਪੀਰੇਸ਼ਨਸ ਤੋਂ ਇਹਨਾਂ ਦੀਆਂ ਭਾਵਨਾ ਦਾ ਸਤਿਕਾਰ ਕਰਨਾ ਵੈਸੇ ਹੀ ਸਾਡਾ ਨੈਤਿਕ ਫਰਜ਼ ਆ ਵੀ ਵਿਲ ਕੰਟੀਨਿਊ ਟੂ ਡੂ ਦੈਟ ਜਿਹੜੇ ਲੈਜੀਟੀਮੇਟ ਇਸ਼ੂਜ਼ ਹੋਣਗੇ ਵੀ ਸ਼ੁੱਡ ਬੀ ਆਲ ਸਟੈਂਡਿੰਗ ਬਾਈ ਦ ਕਮਿਊਨਿਟੀ ਕੋਈ ਇਹੋ ਜਿਹੀ ਗੱਲ ਕੋਈ ਧੱਕਾ ਨਹੀਂ ਅਰਵਿੰਦ ਕੇਜਰੀਵਾਲ ਨੇ ਤਾਂ ਜਿਹੜਾ 1984 ਰਾਇਟਸ ਦਾ ਜਿਹੜਾ ਸੋਰੀ ਜੈਨੋਸਾਈਡ ਦਾ ਹੋਇਆ ਕੇਸ ਇਹਦੇ ਵਿੱਚ ਵੀ ਉਹਨਾਂ ਨੇ ਜਦੋਂ ਗਵਰਨਮੈਂਟ ਬਣੀ ਉਹਨਾਂ ਨੇ SIT ਬਣਾਤੀ ਸੀਗੀ ਲੇਕਿਨ SIT ਹੋਮ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਉਸ ਨੂੰ ਚੱਲਣ ਦੀ ਪ੍ਰਵਾਨਗੀ ਦਿੱਤਾ ਉਹਨਾਂ ਨੇ ਨਹੀਂ ਚੱਲਣ ਦਿੱਤੀ ਫਿਰ ਇਹਨਾਂ ਨੇ 5-5 ਲੱਖ ਰੁਪਇਆ ਹਿਊਮੈਨੀਟੇਰੀਅਨ ਗਰਾਊਂਡ ਤੇ ਹਾਲਾਂਕਿ ਕੀਮਤ ਨਹੀਂ ਹੈ ਕਿਸੇ ਦੀ ਜਾਨ ਦੀ ਲੇਕਿਨ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ 5-5 ਲੱਖ ਰੁਪਇਆ ਜਿਹੜੇ ਲੋਕ ਵਿਚਾਰੇ ਮਾਰੇ ਗਏ ਸੀਗੇ ਉਹਨਾਂ ਨੂੰ 5-5 ਲੱਖ ਰੁਪਇਆ ਵੀ ਦਿੱਤਾ ਸੋ ਇਸ ਲਈ ਉੱਥੋਂ ਇਹ ਨਜ਼ਰ ਆਉਂਦਾ ਵਾ ਦੈਟ ਇੰਟੈਂਸ਼ਨਸ ਆਰ ਵੈਲ ਮੀਨਿੰਗ ਆਫ ਦੀ ਆਮ ਆਦਮੀ ਪਾਰਟੀ ਥੈਂਕ ਯੂ ਮੇਰਾ ਨਾਮ ਰੂਪ ਸਿੰਘ ਸੰਧੂ ਹੈ ਜੀ ਹਾਂਜੀ ਤੁਹਾਡਾ ਫੇਸਬੁੱਕ ਤੋਂ ਮੈਂ ਫਰੈਂਡ ਵੀ ਹਾਂ ਠੀਕ ਹੈ ਜੀ ਸੋਸ਼ਲ ਮੀਡੀਆ ਜਿਹੜਾ ਆਮ ਆਦਮੀ ਪਾਰਟੀ ਨੂੰ ਇੱਥੇ ਲਿਜਾਣ ਵਾਲਾ ਹਾਂਜੀ ਉਸ ਬੰਦੇ ਬਾਹਰੋਂ ਆਉਂਦੇ ਆ ਵੀ ਦੂਸਰੀਆਂ ਪਾਰਟੀਆਂ 'ਚੋਂ ਠੀਕ ਆ ਤੁਸੀਂ ਜਿੱਦਾਂ ਆਏ ਆ ਪਹਿਲਵਾਨ ਕਰਤਾਰ ਸਿੰਘ ਗੁਰਪ੍ਰੀਤ ਸਿੰਘ ਵੀ ਵਧੀਆ ਇਨਸਾਨ ਤੁਸੀਂ ਲੈ ਕੇ ਲੈ ਗਏ ਆ ਜੀ ਪਾਰਟੀ ਦੇ ਵਿੱਚ ਲੋੜ ਸੀ ਪਰ ਉਸ ਬੰਦੇ ਆ ਜਿਹੜੇ ਉਹਨਾਂ ਦਾ ਕੋਈ ਆਧਾਰ ਨਹੀਂ ਹੁੰਦਾ ਉਹਨਾਂ ਬੰਦਿਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਭਰੋਵਾਲ ਸਾਹਿਬ ਇੱਥੇ ਬੈਠੇ ਆ ਸੋਸ਼ਲ ਮੀਡੀਆ 'ਤੇ ਉਹ ਬੰਦੇ ਸ਼ਾਮਿਲ ਕਰਨ ਵਾਲਿਆਂ ਦੇ ਕਾਫੀ ਚਰਚਾ ਹੁੰਦੀ ਆ ਇਹ ਨਾ ਹੋਵੇ ਕਿ ਉਹ ਬੰਦੇ ਟੱਕਾ ਲੈ ਜਾਣ ਜਿਹੜੇ 3-4 ਸਾਲ ਤੋਂ ਜਿਹੜੇ ਮਿਹਨਤ ਕਰ ਰਹੇ ਵਰਕਰ ਵਲੰਟੀਅਰ ਉਹ ਰਹਿ ਜਾਣ ਸੋ ਇਹਦੇ 'ਤੇ ਇੱਡੀ ਵੱਡੀ ਸਭਾ ਵਿੱਚ ਕਿਸੇ ਵੇਲੇ ਅਗਰ ਤੁਹਾਨੂੰ ਲੱਗੇ ਕਿ ਕਿਸੇ ਨੂੰ ਵੀ ਲੱਗੇ ਕਿ ਕੋਈ ਆਦਮੀ ਇੰਟਰਵਿਊ ਐਂਟਰ ਹੋ ਗਿਆ ਵਾ ਔਰ ਉਹਦੇ ਕ੍ਰੀਡੈਂਸ਼ੀਅਲਸ ਠੀਕ ਨਹੀਂਗੇ ਤਾਂ ਤੁਸੀਂ ਇਨਫੋਰਮ ਕਰ ਸਕਦੇ ਹੋ ਈਮੇਲ ਕਰ ਸਕਦੇ ਹੋ ਸਾਡੀ ਪਾਰਟੀ ਦੇ ਕਈ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਪਲੈਟਫਾਰਮ ਨੇ ਉਹਨਾਂ ਨੇ ਗੱਲ ਪਹੁੰਚਾ ਸਕਦੇ ਹਾਂ ਟਿਕਟ ਜਿਹੜਾ ਐਲੋਕੇਸ਼ਨ ਹੈ ਨਾ ਜੀ ਆਏ ਥਿੰਕ ਜੇ ਅਸੀਂ ਵੀ ਕਾਫੀ ਆਦਮੀਆਂ ਨੂੰ ਤੇ ਇਸੇ ਤਰ੍ਹਾਂ ਦੇ ਆਦਮੀਆਂ ਨੂੰ ਟਿਕਟਾਂ ਦੇਣੀਆਂ ਤੇ ਸਾਡਾ ਤੇ ਦੂਜੀਆਂ ਪਾਰਟੀਆਂ ਦੇ ਵਿੱਚ ਅੰਤਰ ਵੀ ਹੋਊਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਵਾਲੰਟੀਅਰ ਸੀ ਸਲਾਹ ਦੇਣ ਹਾਲਾਂਕਿ ਅਸੀਂ ਸਾਡੇ ਕੋਲ ਕੋਈ ਉਸ ਨੋਮੀਨੇਸ਼ਨ ਦਾ ਕੋਈ ਪ੍ਰੋਸੈਸ ਨਹੀਂ ਹੈਗਾ ਪ੍ਰਾਇਮਰੀ ਵਗੈਰਾ ਨਹੀਂ ਕਰਾ ਸਕਦੇ ਲੇਕਿਨ ਅਸੀਂ ਆਪਣੇ ਵਾਲੰਟੀਅਰਸ ਤੋਂ ਸਲਾਹ ਲੈ ਕੇ ਹਰ ਹਲਕੇ ਦੇ ਵਿੱਚ ਜਿਹੜਾ 100 ਬੰਦਾ ਜਿਹੜਾ ਸਾਡਾ ਵਾਲੰਟੀਅਰ ਇੰਪੋਰਟੈਂਟ ਹੈ ਉਹ ਦੱਸੇ ਕਿ ਕਿਹਨੂੰ ਨੋਮੀਨੇਟ ਕੀਤਾ ਜਾਵੇ ਅਤੇ ਉੱਪਰ ਆਣ ਕੇ ਅਸੀਂ ਦੋ ਕਮੇਟੀ ਸਾਡੀਆਂ ਬਣੀਆਂ ਹੋਈਆਂ ਇੱਕ ਕਮੇਟੀ ਸਿਲੈਕਸ਼ਨ ਵਾਲੀ ਆ ਇੱਕ ਸਕਰੀਨਿੰਗ ਵਾਲੀ ਆ ਆਪਣੇ ਵੱਲੋਂ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਐਵੇਂ ਗਲਤ ਬੰਦੇ ਨੂੰ ਕਿਸੇ ਨੂੰ ਨਾ ਥੈਂਕ ਯੂ ਗਲਤ